ਲਓ ਜੀ ਵੀਡੀਓ ਦੇਖਿਓ ਅਖੀਰ ਤੱਕ। ਆਹ ਦੇਖੋ ਬਜ਼ੁਰਗ ਬੈਠੇ ਜੀ, ਪੰਜਾਬੀ ਸੱਥ ਲੱਗੀ ਹੋਈ ਹੈ, ਪਿੰਡ ਭੱਦਲ ਦੇ ਵਿੱਚ ਬੈਠੇ ਹੈ। ਭੱਦਲ ਦੇ ਨਾਲ ਹੀ ਲੱਗਦਾ ਸਿਆਸਤਪੁਰ, ਬੇਸਿਕਲੀ ਅਸੀਂ ਸਿਆਸਤਪੁਰ 'ਚ ਬੈਠ ਕੇ ਇਹ ਵੀਡੀਓ ਬਣਾ ਰਹੇ ਹਾਂ। ਕਰਨ ਆਏ ਸੀ ਭੱਦਲ ਕਵਰ, ਅਤੇ ਕਹਿੰਦੇ ਭੱਦਲ ਅਤੇ ਸਿਆਸਤਪੁਰ ਇਕੱਠੇ ਹੀ ਪਿੰਡ ਹੈ, ਅਤੇ ਬਜ਼ੁਰਗ ਸਾਨੂੰ ਮਿਲ ਗਏ, ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਹੋਣ ਜਾ ਰਹੀਆਂ। ਦੇਖਿਓ ਵੀਡੀਓ, ਆਹ ਲਓ ਜੀ ਵੀਡੀਓ ਅਖੀਰ ਤੱਕ ਦੇਖਿਓ ਜੀ। ਪਹਿਲਾਂ ਹੁਣ ਦੇ ਜ਼ਮਾਨੇ ਨੂੰ ਇਹ ਪੁੱਛ ਕੇ ਦੇਖੋ ਵੀ ਲੱਸੀ, ਲਾਲ ਲੱਸੀ ਕਿਆ ਮਤਲਬ ਤਾਂ, ਲਾਲ ਲੱਸੀ ਕਿੱਕਣਾ ਬਣਦੀ ਹੈ, ਇਹਨਾਂ ਨੂੰ ਪੁੱਛੋ ਕਿੱਕਣਾ ਬਣਦੀ ਹੈ। ਹੁਣ ਵਾਲੇ ਇਹਨਾਂ ਬੱਚਿਆਂ ਨੂੰ ਪੁੱਛੋ, ਨਹੀਂ ਕਿਸੇ ਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ ਲਾਲ ਲੱਸੀ ਜ਼ਿਆਦਾ। ਲਾਲ ਲੱਸੀ ਜ਼ਿਆਦਾ ਇੱਦਾਂ ਹਰੇਕ ਕੋਲ ਮੈਸਾਂ ਇੱਕ ਦੋ ਦੋ ਤਿੰਨ ਤਿੰਨ ਸਾਰਿਆਂ ਕੋਲ ਹੁੰਦੀਆਂ ਤੀਆਂ। ਐਤਵਾਰ ਨੂੰ ਉਹ ਦੁੱਧ ਦਾ ਵੇਚਣੇ ਦਾ ਤਾਂ ਹੋਣਾ, ਦੁੱਧ ਦਾ ਵੇਚਣੇ ਦਾ ਕੋਈ ਨਾਂ ਹੀ ਨਹੀਂ ਸੀ ਲੈਂਦਾ ਹੁੰਦਾ ਪਹਿਲਾਂ। ਬਰਬੜੀਆਂ ਅਤੇ ਦੌੜੀਆਂ ਚਾਟੀਆਂ ਹੁੰਦੀਆਂ, ਅਤੇ ਦੌੜੀਆਂ ਵਿੱਚ ਜਦ ਦੁੱਧ ਗਰਮ ਕਰਨਾ, ਹਾਰੇ ਪੱਟੇ ਵਿਆਉਂਦੇ ਅਤੇ ਉਹਨਾਂ ਨਾਲ ਪਾਥੀਆਂ ਲਾ ਦੇਣੀਆਂ, ਪਾਥੀਆਂ ਵਿੱਚ ਉਹ ਦੁੱਧ ਦੌੜੀ ਰੱਖ ਦੇਣੀ, ਦੋ ਮੈਸਾਂ ਦਾ ਦੁੱਧ ਹੋ, ਤਿੰਨ ਦਾ ਹੋ, ਇੱਕ ਦਾ ਹੋ, ਉਹ ਰੱਖਣਾ ਦੁੱਧ ਆਪਣਾ ਪੀਣ ਜੋਗਾ ਅਲੱਗ ਰੱਖ ਲੈਣਾ। ਚਾਹ ਪਾਣੀ ਕੌਣ ਪੀਂਦਾ, ਦੁੱਧ ਜਾਂ ਲੱਸੀ ਉਹ ਪੀਂਦੇ ਤੇ। ਸਾਰਾ ਦਿਨ ਉਹ ਪਾਥੀਆਂ ਪਰ ਦੁੱਧ ਕੜੀ ਜਾਂਦਾ ਤਾ ਜੀ, ਉੱਪਰ ਵੀ ਉਹਦੇ ਚੱਪੜ ਵਿੱਚ ਸਾਖ ਹੁੰਦੇ, ਅਤੇ ਜਿਹੜੀ ਫਿਰ ਉੱਪਰ ਕਨੀਰੀ ਮੂੰਹਦੀ ਮਾਰਦੇ ਅਤੇ ਉਹਦੇ ਵਿੱਚ ਵੀ ਸਾਖ ਹੁੰਦੇ ਤੇ। ਜੇ ਉੱਪਰ ਜਾਣੇ ਤਾਂ ਕੋਈ ਫਰਕ ਨਹੀਂ ਤਾਂ ਪੈਂਦਾ ਉਹਨਾਂ 'ਚ। ਫਿਰ ਉਹ ਲੱਸੀ ਲਾਲ ਲਾਲ ਦੁੱਧ ਜਦ ਹੋ ਜਾਂਦਾ ਤਾ, ਤਾਂ ਫਿਰ ਉਹਨੂੰ ਰੱਖ, ਸਵੇਰੇ ਉਹ ਜੇ ਦਹੀਂ ਵੀ ਵਿੱਚ ਕੱਢਣਾ ਤਾਂ ਉਹ ਵੀ ਦਹੀਂ ਪਤਾ ਲੱਗਦਾ ਵੀ ਦਹੀਂ ਖਾਂਦਾ। ਹੁਣ ਦੀ ਲੱਸੀ ਯਾਰ, ਜਦ ਦੀ ਲੱਸੀ ਯਾਰ, ਹੁਣ ਦਾ ਦੁੱਧ ਵੀ ਨਹੀਂ ਮੁਕਾਬਲਾ ਕਰਦਾ, ਜਦ ਦੀ ਲੱਸੀ ਅਤੇ ਹੁਣ ਦਾ ਦੁੱਧ, ਦੁੱਧ ਵੀ ਨਹੀਂ ਮੁਕਾਬਲਾ ਕਰਦਾ ਹੁਣ ਦਾ। ਉਹ ਲੱਸੀ ਜਿੰਨੀ ਮਰਜ਼ੀ ਤੁਸੀਂ ਉਹ ਮੱਖਣੀ ਕੱਢੀ ਜਾਓ, ਫਿਰ ਵੀ ਕਣੀਆਂ ਵਿੱਚ ਉੱਪਰ ਤਿਰੀ ਜਾਂਦੇ, ਅਤੇ ਕੰਗਣੀ ਵਾਲੇ ਗਲਾਸ ਹੁੰਦੇ, ਅਤੇ ਇੱਕ ਵਾਰੀ ਵੇਰੜੇ ਦੀ ਰੋਟੀ ਚੋਪੜੀ ਹੋਈ ਉੱਪਰ, ਚਾਹੇ ਲੂਣ ਆ ਅਚਾਰ ਰੱਖ ਕੇ ਲੱਸੀ ਦਾ ਗਲਾਸ ਪੀਤਾ ਸਾਰਾ ਦਿਨ, ਚਾਹੇ ਗਰਮੀ ਪੈਂਦੀ ਰਹੋ, ਕੰਮ ਕਰੀ ਜਾਂਦੇ ਤੇ ਲੋਕ। ਉਹ ਲੱਸੀ ਵੀ ਤੇ ਮੱਖਣ ਕੱਢੀ ਜਾਂ ਫਿਰ ਵੀ ਕਣੀਆਂ ਰਹਿ ਜਾਂਦੀਆਂ ਹੁੰਦੀਆਂ, ਗਾੜੀ ਲੱਸੀ ਚਿੱਕੜ ਵਰਗੀ ਹੁੰਦੀ ਤੀ। ਹੁਣ ਦਾ ਤਾਂ ਉਸ ਵਾਲਾ ਦਹੀਂ ਵੀ ਨਹੀਂ ਕੰਮ ਕਰਦਾ ਲੱਸੀ ਦਾ। ਯਾਦ ਆ ਗਈ ਫਿਰ ਲੱਸੀ, ਲੱਸੀ ਤਾਂ ਸਾਡੇ ਤਾਂ ਯਾਦ ਹੈ। ਐਤਵਾਰ ਨੂੰ ਦੁੱਧ ਨਹੀਂ ਰਿੜਕਣਾ, ਐਤਵਾਰ ਨੂੰ ਖੀਰ ਬਣਾਉਣੀ ਬੜੇ ਬੜੇ ਪਤੀਲਿਆਂ ਵਿੱਚ। ਅੱਛਾ, ਦੁੱਧ ਪੀਣਾ ਸਭ ਨੇ, ਪਰਿਵਾਰ ਨੇ ਸਾਰਿਆਂ ਨੇ। ਬਾਕੀ ਹੁਣ ਕਹਾਉਣਾ, ਹੁਣ ਤਾਂ ਲੱਸੀ ਹੁੰਦਾ, ਚਾਹੇ ਕਿਸੇ ਦੀਆਂ 15 ਮੈਸਾਂ ਦਿੰਦੀਆਂ, ਚਾਹੇ 50 ਗਾਇਆਂ, ਚੱਲ ਡੈਰੀ ਵਿੱਚ ਇਕੱਠੇ ਹੁੰਦੇ ਤੇ ਵਿਆਹ ਸ਼ਾਦੀ ਨੂੰ ਦੇਸੀ ਘੀ ਪੈਂਦੇ ਤੇ ਚੌਲ ਐਂ ਕੋਰਿਆਂ ਪਰ ਬੈਠ ਕੇ ਰੋਟੀ ਖਵਾਉਣ, ਤੇ ਉਹ ਮਜ਼ੇ ਹੀ ਕੁਛ ਹੋਰ ਤਾਂ ਬੈਠਿਆਂ ਨੂੰ ਰੋਟੀ ਖਾਣੀ, ਹੁਣ ਤਾਂ ਖੜ੍ਹੇ ਬਾਂਦਰਾਂ ਮੰਗਣ ਆਏ ਖਾਈ ਜਾਂਦੇ, ਜਾਂ 1 ਕਰੋੜ ਰੁਪਈਆ ਲਾ ਦਿਓ ਜਾਂ ਕੁਛ। ਹੁਣ ਸਿਆਣੇ ਤਾਂ ਖਾਣੇ ਦੇ ਮਤਲਬ ਦਾ ਹੈ ਉਹ ਨਹੀਂ ਜੀ, ਜਦ ਬੈਠ ਕੇ ਆਨੰਦਗੜ ਰੋਟੀ ਖਾਣੀ ਦੀ, ਸ਼ੱਕਰ ਪਾਉਂਦੇ ਤੇ ਦੇਸੀ ਘੀ ਹੁੰਦੇ ਤੇ ਚੌਲਾਂ ਪਰ, ਜਦ ਉਹ ਵਧੀਆ ਵਧੀਆ ਚੀਜ਼ਾਂ ਹੁੰਦੀਆਂ, ਤੇ ਹੁਣ ਕਿਆ, ਹੁਣ ਕੁਛ ਵੀ ਨਹੀਂ। ਖੂਹ ਹੁੰਦੇ ਤੇ ਖੂਹ ਤੇ ਕੱਢਣਾ ਲੋਕਾਂ, ਵਰਜਸ ਹੁੰਦੀ ਤੀ, ਪਤਾ ਲੱਗਦਾ ਤਾਂ ਤੀਵੀਆਂ ਘੜੇ ਭਰਦੀਆਂ ਤੀਆਂ, ਕੱਪੜੇ ਵੀ ਧੋਂਦੀਆਂ ਤੀਆਂ। ਹੁਣ ਕਿਆ, ਹੁਣ ਤਾਂ ਮਸ਼ੀਨਾਂ ਪਰ ਲਾਇਆ ਗੇੜਾ ਜਾਂ ਚੱਲ ਜੀ, ਜਿੰਨੇ ਮਰਜ਼ੀ ਕੱਪੜੇ ਧੋ ਲਓ, ਹੁਣ ਤਾਂ ਸਾਰਾ ਫੁਲਕਿਆਂ ਪਰੇ ਹੋ ਗਿਆ ਕੰਮ। ਸਾਰੀ ਖਰਾਬ, ਤੂੰ ਸਰਪੰਚ ਸਾਹਿਬ ਠੀਕ ਨਹੀਂ? ਸੱਚ ਹੈ ਜੀ, ਖੂਹ ਚੱਲਦੇ ਤੇ ਖੂਹਾਂ ਪਰ ਪਾਣੀ ਭਰਦੇ ਤੇ ਖੂਹ ਚੱਲਦੇ ਸਾਰਾ ਸਾਰਾ ਦਿਨ, ਲੋਕ ਬਲਦਾਂ ਦੇ ਮਗਰ ਫਿਰੀ ਜਾਂਦੇ ਤੇ ਪਾਣੀ ਲਾਉਂਦੇ ਤੇ ਫਸਲਾਂ ਹੁੰਦੀਆਂ ਤੀਆਂ। ਹੁਣ ਕਾਹਦੀਆਂ, ਜਦ ਤਾਂ ਹੁਣ ਤਾਂ ਜ਼ਹਿਰ ਆ, ਆਪਾਂ ਜ਼ਹਿਰ ਕਣਕ ਬੀਜਦੇ, ਉਹਦੇ ਵਿੱਚ ਵੀ ਹੇਠਾਂ ਡਾਇਆ ਪਾ ਦਿਉ, ਫਲਾਣਾ ਕਰ ਦਿਉ, ਉੱਪਰ 'ਤੇ ਫਿਰ ਸਪਰੇਹਾਂ ਕਰ ਦਿਉ। ਹੁਣ ਫਿਰ ਜ਼ਹਿਰ ਨਹੀਂ ਹੈਗੀ, ਜਦ ਬੂਟੇ ਨੂੰ ਆਪਾਂ ਜ਼ਹਿਰ ਲਾਉਂਦੇ,
ਜ਼ਹਿਰੇ ਖਾਣੀ ਸਾਡੇ ਅੰਦਰ ਤਾਂ ਕੁਛ ਨਹੀਂ, ਫੁੜ ਕੇ ਗਿਰ ਗਿਆ, ਕਹਿੰਦੇ ਯਾਰ ਉਹਦੇ 'ਤੇ ਗਿਆ, ਉੱਠ ਕੇ ਉੱਥੇ ਗਿਰ ਗਿਆ, ਉੱਠਿਆ ਨਹੀਂ, ਕਿਆ ਹੋ ਗਿਆ, ਹਾਰਟ ਅਟੈਕ ਹੋ ਗਿਆ। ਹੋਰ ਦੱਸੂਗੇ ਕਿਆ ਆਪਾਂ ਜ਼ਿਆਦਾ ਕਿ ਸਾਡੇ ਪਿੰਡ ਦੇ ਉਰੇ ਦੇ ਬੁੜੇ ਦੱਸਦੇ ਤੇ ਕਹਿੰਦੇ ਵੀ ਸਵੇਰੇ ਉਹ ਨੈਣਾ ਦੇਵੀ ਨੂੰ ਜਾਂਦੇ ਅਤੇ ਸ਼ਾਮ ਨੂੰ ਮੁੜੇ ਆਉਂਦੇ ਤੇ। ਅੱਛਾ, ਪੈਦਲ ਪੱਦਲ ਤੋਂ ਪੱਦਾ ਇੱਥੋਂ ਜਾ ਕੇ ਬੁੜੇ ਸ਼ਾਮ ਨੂੰ ਮੁੜੇ ਆਉਂਦੇ, ਬਾਰੇ ਤਰੀਕ ਨੂੰ ਜਾਂਦੇ ਰਹੇ, ਤਰੀਕ ਪਰ ਹਨੇਰੇ ਉੱਠ ਕੇ ਚਲੇ ਜਾਣਾ, ਹਨੇਰੇ ਘਰ ਤਰੀਕ ਟਾਈਮ ਨਾਲ ਤਰੀਕ ਪਰ ਪਹੁੰਚ ਜਾਣਾ। ਇਹ ਅਸਲੀਅਤ ਹੈ ਜੀ, ਇਹ ਉਹ ਨਹੀਂ ਹੈ। ਹੁਣ ਤਾਂ ਫੁਲਕੇ ਵਾਲੀਆਂ ਕਾਰਾਂ ਹੋ ਗਈਆਂ, ਫੁਰ ਕਿਆ ਜੇ ਮਰਜ਼ੀ ਤੇਜ਼ ਹੋ ਗਈ, ਉਹ ਬਾੜਾ ਜਿਹਾ ਆਕਸੀ ਆਪਣਾ ਬੈਲੈਂਸ ਘੱਟ ਗਿਆ, ਫਰਕ ਪੈ ਗਿਆ ਠਾ। ਜਦ ਬੰਦਿਆਂ ਵਿੱਚ ਉਹ ਹੁੰਦੀ ਸੀ ਇੱਕ ਪਿਆਰ ਮੁਹੱਬਤ ਹੁੰਦਾ ਤਾਂ ਜੇ ਕਿਸੇ ਨਾਲ ਕੋਈ ਗੱਲ ਹੋ ਜਾਂਦੀ ਤੇ ਤਾਂ ਚਾਰ ਬੰਦੇ ਇਕੱਠੇ ਕਰਕੇ ਪਿੰਡ ਵਿੱਚ ਸਭ ਕੁਛ ਪਤਾ ਲੱਗਦਾ ਤਾ। ਹੁਣ ਨਹੀਂ, ਹੁਣ ਤਾਂ ਇਹ ਆ ਇਹ ਸਾਲਾ ਜ਼ਿਆਦਾ ਹੋ ਗਿਆ, ਇਹ ਚੌਧਰ ਹੋ ਗਿਆ, ਇਹਦੀ ਪੁੱਛ ਜ਼ਿਆਦਾ, ਅਸੀਂ ਘੱਟ ਆ ਇਹਦੇ ਨਾਲੋਂ। ਕਮਜ਼ੋਰ ਕਰਨਾ ਉਹ ਬੰਦਾ ਬਜ਼ੁਰਗਾਂ ਵਿੱਚ ਇਕੱਠੇ ਹੋ ਜਾਣਾ, ਪਹਿਲਾਂ ਇੱਥੇ ਪੁੱਛ ਲਓ, ਇੱਥੇ ਆ ਚੌਂਕ ਵਿੱਚ ਸਾਰਾ ਸਾਰਾ ਦਿਨ ਜੇ ਕਿਸੇ ਨਾਲ ਕੋਈ ਇਹੋ ਜਿਹੀ ਘਟਨਾ ਹੋ ਗਈ ਬੈਠੇ ਆ ਤਾਂ ਰਾਤ ਨੂੰ ਬਜ਼ੁਰਗ ਹੁੰਦੇ ਤੇ ਦੂਏ ਬਾਤਾਂ ਪਾਈ ਜਾਣੀਆਂ, ਕੈਰੋਂ ਪਾਂਡੂਆਂ ਦੀਆਂ, ਰਾਮ ਚੰਦਰ ਦੀਆਂ, ਰਮਾਇਣ ਦੀਆਂ ਸਭ ਸਿਖਾਉਣੀਆਂ। ਹੁਣ ਕਿਸੇ ਨੂੰ ਪਤਾ ਵੀ ਕੈਰੋਂ ਮਹਾਂਭਾਰਤ ਕਿਆ ਤਾਂ ਰਮਾਇਣ ਕਿਆ ਤੀ। ਪੁਰਾਣਾ ਵਿਰਸਾ ਸਭ ਜਾਂਦਾ ਰਿਹਾ ਜੀ, ਨਵੇਂ ਹੁਣ ਤਾਂ ਫੁਲਕਿਆਂ ਵਾਲੇ ਵਿਰਸੇ, ਨਾ ਕਿਸੇ ਦੀ ਗਾਉਣੇ ਵਾਲੇ ਦੀ ਲੱਤ ਹੈ, ਨਾ ਵਾਹ, ਕੁਛ ਵੀ ਨਹੀਂ ਹੈਗਾ। ਪੁਰਾਣਾ ਇਤਿਹਾਸ ਖਤਮ ਹੈ, ਗਾਉਣੇ ਵਾਲੇ ਦੀ ਨਾ ਲੱਤ ਨਾ ਵਾਹ ਜੀ ਹੈ, ਬਿਲਕੁਲ ਵੀ ਨਹੀਂ। ਪੈਸੇ ਵਾਧੂ ਲੋਕ ਕਹਿੰਦੇ ਵਾਹ ਬਈ ਵਾਹ, ਬਹੁਤ ਵਧੀਆ ਗਾਉਂਦਾ, ਕੋਈ ਇਤਿਹਾਸ ਹੈਗਾ ਇਹਨਾਂ 'ਚ? ਕਿਉਂ ਪੰਡਿਤ ਜੀ ਠੀਕ ਨਹੀਂ? ਹੁਣ ਬਾਕੀ ਤੁਸੀਂ ਦੱਸ ਦਿਓ ਸਰਪੰਚ ਲਜਾ ਰਾਮ ਹੁੰਦਾ ਤਾ ਜੀ, ਉਹ ਕਥਾ ਕਰਿਆ ਕਰਦਾ ਤਾ। ਅੱਛਾ ਜੀ, ਪਾਠ ਗਾਉਂਦੇ ਹੁੰਦੇ ਮਹਾਂਭਾਰਤ ਦੀ? ਮਹਾਂਭਾਰਤ ਦੀ, ਹਾਂਜੀ। ਬਾਕੀ ਚੌਂਕੀ ਤੇ ਚੜ ਕੇ ਉਹਨੇ ਕਥਾ ਕਰਨੀ ਜੀ, ਵੀ ਦੇਖ ਲਓ ਕਿਸੇ ਨੇ ਕਹਿਣਾ ਵੀ ਪੈਸੇ ਨਹੀਂ ਦਿੰਦੇ ਲੋਕ, ਲੋਕ ਕਹਿੰਦੇ ਲੱਗਿਆ ਮੈਂ ਹਲੂਣਾ ਦੇਣਾ ਆਪਣੀਆਂ ਜੇਬਾਂ ਸਾਂਭ ਲਓ, ਬਸ ਭੱਠ ਦੀਆਂ ਇਹੋ ਜਿਹੀਆਂ ਆਵਾਜ਼ਾਂ ਲਾਉਣੀਆਂ ਸੂਰਬੀਰਾਂ ਦੀਆਂ ਪੁਰਾਣੀਆਂ, ਵਾਕਈ ਪੈਸਾ ਦਿੰਦੇ। ਹਰਪ੍ਰੀਤ ਸਿੰਘ ਜਦ ਰਿਟਾਇਰ ਦੀ ਕਥਾ ਕਰਦੇ ਹੁੰਦੇ ਤੇ ਕਿਰਨ ਮਾਈ ਦੀ ਪਤਾ ਲੱਗਦਾ ਤਾਂ ਵੀ ਹਾਂ ਬੋਲਦੇ ਆ। ਹੁਣ ਕਿਹਾ ਇਤਿਹਾਸ ਕਿਸੇ ਦੇ ਭੱਲੇ ਨਹੀਂ ਹੈਗਾ। ਰਜਾ ਰਾਮ ਪੰਡਿਤ ਕਿੱਥੇ ਦੇ ਸੀਗੇ ਜੀ? ਮੇਰਾ ਖਿਆਲ ਹਰਿਆਣੇ ਦਾ, ਹਰਿਆਣੇ ਦਾ। ਸਾਡਾ ਇਹਨਾਂ ਦਾ ਚਾਚਾ ਤਾ, ਉਹ ਵੀ ਭੱਠ ਗਾਉਂਦਾ ਤਾ। ਅੱਛਾ, ਚੌਂਕੀ ਤੇ ਚੜ ਕੇ ਗਾਉਣਾ ਜੀ, ਬਾਕੀ ਬਸ ਦੇਖਰਾਜ ਲੈ ਵੀ ਜੇਬਾਂ ਸਾਂਭ ਲਓ, ਹਲੂਣਾ ਲੱਗਿਆ। ਅੱਛਾ, ਉਹ ਜੇਬਾਂ ਸਾਂਭ ਲਓ ਮਤਲਬ ਲੋਕਾਂ ਨੂੰ ਪੈਸੇ ਦੇਣੇ ਪੈਣੇ? ਦੇਣੇ ਪੈਣੇ, ਜਦ ਤਾਂ ਰੁਪਈਆ ਹੀ ਦਿੰਦੇ ਤੇ ਜੀ, ਇੱਕ ਰੁਪਈਆ ਹੀ ਬਹੁਤ ਹੁੰਦਾ ਤਾ। ਜਦ ਰੁਪਈਏ ਦੀ ਕਦਰ ਤੇ ਸਾਨੂੰ ਬਜ਼ੁਰਗ ਪੈਸੇ ਮੇਲੇ ਨੂੰ ਜਾਏਗਾ, ਜਵਾਨੀ ਦੇ ਕਰਦੇ ਤੇ, ਅਸੀਂ ਜਵਾਨੀ ਪੀਤੇ ਵੀ ਕਾਂਦਾ ਮੋੜ ਲੈ ਆਉਂਦੇ ਤੇ। ਹੁਣ ਚਾਹੇ 1000 ਰੁਪਈਆ ਲੈ ਜਾਓ, ਉਹ ਵੀ ਥੋੜ੍ਹਾ। ਉਹ ਕਹਿੰਦਾ ਤੁਹਾਨੂੰ ਪੈਰੋਂ ਪੰਡੋ ਖੜੇ ਦਿਖਾ ਦੇਣੇ ਆ ਮੈਂ। ਅੱਛਾ, ਇਹ ਅਜਾ ਭੱਠਦਾ ਜੀ, ਪੈਰੋਂ ਪੰਡ ਖੜੇ ਦਿਖਾ ਦੇਣੇ? ਖੜੇ ਦਿਖਾ ਦੇਣੇ, ਉਹਨੂੰ ਦੇਖੂਗੇ। ਸੁਣੀ ਤੁਸੀਂ? ਬਹੁਤ ਜੀ, ਇੱਥੇ ਪਿੰਡਾਂ ਮਕਾਉਂਦਾ ਰਿਹਾ ਜੀ। ਆਪਣਾ ਇਹ ਪਿੰਡ ਜਿਹੜਾ ਸਿਆਸਤਪੁਰ ਹੈ, ਪੱਦਲ ਨਾਲ ਹੀ ਲੱਗਦਾ ਹੈ ਨਾ ਤੁਹਾਡਾ? ਦੋਹੇ ਪਿੰਡ ਇਕੱਠੇ ਹੈ? ਮੌਜੇ ਦੋਹੇ ਅਲੱਗ, ਸਾਡਾ ਮਿਲਣ ਵਰਤਣ ਵਿਆਹ ਸ਼ਾਦੀ ਸਭ ਕੁਛ ਵੈਸੇ ਇਕੱਠਾ ਇਕੱਠਾ। ਮੌਜੇ ਦੋ ਆ, ਉਹਦਾ 360 ਹੱਦ ਬਸ ਨੰਬਰ ਹੈ, ਸਾਡਾ 361 ਹੈ। ਪੰਚਾਇਤਾਂ ਦੋ ਹੈ, ਵੀ ਮਤਲਬ ਇਹ ਹੈ ਮਿਲਣ ਵਰਤਣ ਇਕੱਠਾ। 47 ਤੋਂ ਪਹਿਲਾਂ ਜਿਹੜਾ ਹੈ ਆਪਣੇ ਬਜ਼ੁਰਗਾਂ ਤੋਂ ਕੁਛ ਸੁਣਿਆ ਕਿ ਪੱਡਲ ਪਿੰਡ ਦੇ ਵਿੱਚ ਕਹਿੰਦੇ ਸੀ ਜ਼ਿਆਦਾ ਮੁਸਲਮਾਨਾਂ ਦਾ ਵਸੇਬ ਸੀਗਾ, ਕੋਈ ਗੱਲ ਹੈ, ਕੋਈ ਯਾਦ ਹੈ ਕਿਸੇ ਨੂੰ? ਹੈ ਜੀ, ਮੁਸਲਮਾਨੀ ਪਿੰਡ ਦਾ
ਇਹ ਕਹਿੰਦੇ ਮੁਸਲਮਾਨਾਂ ਦਾ ਪਿੰਡ ਸੀਗਾ ਸਾਰਾ ਜੀ, ਹੈ ਨਾ ਜੀ। ਇਹ ਪੱਦਲ ਪਿੰਡ ਦੇ ਵਿੱਚ ਮੁਸਲਮਾਨਾਂ ਦੀ ਗੱਲ ਕਰਦੇ ਕਿ ਕਿਆ ਨਾਮ ਸੀ ਉਹਦਾ ਬੰਦੇ ਦਾ? ਹਰੀਮ ਬਖਸ਼ ਜੀ। ਹਰੀਮ ਬਖਸ਼ ਜੀ, ਅੱਛਾ ਕਿਆ ਕਹਾਣੀ, ਕਿਆ ਉਹਦੀ ਕੁੜੀ ਦੀ ਕਿਆ ਕਹਿੰਦੇ ਸੀ ਤੁਸੀਂ? ਕਹਾਣੀ ਉਹਦੀ ਰੈਲ ਮਾਜਰੇ ਬੈਠੀ ਹੋਈ ਸੀ, ਉਹ ਗਹਿਣੇ ਉਹਦੀ ਜੂਏ 'ਚ ਹਾਰਤੀ ਜੀ, ਦਵਾਈ ਉਹਦਾ ਸ਼ਹੀਦ ਆ ਜੀ, ਤਾਂ ਜੂਏ 'ਚ ਹਾਰੀ ਹੋਈ, ਉਹ ਕਹਿੰਦੇ ਪੈਸੇ ਦਿਓ ਅਸੀਂ ਤਾਂ ਛੱਡੂਗੇ, ਕੋਈ ਲਿਖਤ ਨਹੀਂ ਪੜ੍ਹਨੀ, ਜਾਂ ਜਦੋਂ ਇਮਾਨਦਾਰੀ ਦੇ ਦਿੰਦੇ ਤੇ ਲਿਆਉਂਦੇ ਤੇ, ਤਾਂ ਫਿਰ ਇਹ ਲੈਣ ਗਿਆ ਉਹਨੇ ਜਿੰਨੇ ਪੈਸੇ ਹਾਰੇ ਤੇ, ਉਹਨੇ ਪੈਸੇ ਚਾਂਦੀ ਦੇ ਗਿਣ ਕੇ ਦੇ ਆਇਆ ਕੁੜੀ ਨੂੰ, ਲੈ ਆਇਆ ਕੁੜੀ ਨੂੰ ਲੈ ਆਇਆ। ਹਾਂ, ਨੌਕਰ ਤਾਂ ਨਹਿਰ ਮਹਿਕਮੇ ਵਿੱਚ, ਉਹਨੇ ਉਹਾ ਜੀ ਮਕਾਨ ਆਪਣਾ ਉਹਾ ਜੀ ਉਹਨੂੰ ਪਾ ਕੇ ਦੇ, ਆਪਣੀ ਕੁੜੀ ਨੂੰ ਪਾ ਕੇ ਦਿੱਤਾ, ਉਹਦੇ ਵੀ ਬਲਕੇ ਵਾਧੂ ਬੜੇ ਕੁਝ ਬਾਰੇ। ਅੱਛਾ, ਤਾਂ ਉਹ ਫਿਰ ਜੀ ਜਿਸ ਵਕਤ ਚਲੋ ਕੁੜੀ ਮਰੀ, ਸਣੇ ਗਹਿਣਿਆ ਦੱਬੀ ਗਈ ਉਹਦੇ, ਇੱਥੇ ਦੱਬੀ ਹੋਈ? ਹਾਂ, ਇੱਥੇ ਦੱਬੀ ਹੋਈ ਆ ਬਸ। ਤਾਂ ਉਸੇ ਕੋਈ ਪੱਟ ਕੇ ਉਹਨੂੰ ਦੇਖ ਨਹੀਂ ਸਕਦਾ, ਕੋਈ ਕਸਰ ਨਹੀਂ ਕਿਸੇ ਨੂੰ ਹੁੰਦੀ, ਉਹ ਉਹਨਾਂ ਨੂੰ ਕੁਛ ਨਹੀਂ ਕਹਿੰਦੇ, ਉਹਨੂੰ ਕੁਛ ਨਹੀਂ ਕਹਿੰਦੇ, ਜਗ੍ਹਾ ਉਹਦੀ ਥੋੜ੍ਹੀ ਜਿਹੀ ਛੱਡੀ ਹੋਈ ਆ। ਅੱਛਾ, ਉਹ ਕੁੜੀ ਦੀ ਜਿਹੜੀ ਕਬਰ ਇੱਥੇ ਹੈਗੀ ਹੈ, ਕੁੜੀ ਦਾ ਨਾਂ ਕੁਛ ਪਤਾ? ਨਾ ਜੀ, ਨਾ ਹੁਣ। ਅੱਛਾ, ਹਰੀਮ ਬਖਸ਼ ਦੀ ਕੁੜੀ ਸੀਗੀ ਉਹ? ਹਰੀਮ ਬਖਸ਼। ਹੋਰ ਕੋਈ ਮੁਸਲਮਾਨ, ਨਾਮੀ ਮੁਸਲਮਾਨ ਆਪਣੇ ਭੱਦਲ ਦੇ ਵਿੱਚ ਕੋਈ ਆ ਸਿਆਸਤਪੁਰ ਦੇ ਵਿੱਚ ਇਹਨਾਂ ਤੋਂ ਇਲਾਵਾ, ਹਰੀਮ ਬਖਸ਼ ਤੋਂ ਇਲਾਵਾ? ਹੋਰ ਛੇ ਸੋਹਣੇ ਤਕੜੇ ਗੁੱਜਰ ਵਿੱਚ ਮੁਸਲਮਾਨ। ਗੁੱਜਰਾਂ 'ਚ ਕੋਈ ਹੈ ਪਤਾ ਕੁਛ ਦਾ ਨਾਂ? ਨਹੀਂ ਜੀ। ਅੱਛਾ, ਤੁਹਾਡੇ ਬਜ਼ੁਰਗ ਕੋਈ ਗੱਲ ਕਰਦੇ ਹੁਣ, ਉਹਨਾਂ ਦਾ ਵਸੇਬ ਸੀ ਜਾਂ ਰਹਿਣ ਸਹਿਣ ਕਿੱਦਾਂ ਦਾ ਸੀ ਮੁਸਲਮਾਨਾਂ ਦਾ? ਫੌਜ ਵਿੱਚ ਨੌਕਰ ਸੀ ਜਾਂ ਛੋਟੇ ਸੀ। ਅੱਛਾ, ਬਾਕੀ ਫਿਰ ਫੌਜ 'ਤੇ ਆ ਕੇ ਦੇਖੋ, ਆਪਣੇ ਆਪਣੇ ਕੰਮ ਲੱਗ ਗਏ, ਫਿਰ ਗੱਲਾਂ ਬਾਤਾਂ ਸੁਣੋ। ਤੁਹਾਡੀ ਉਮਰ ਕਿੰਨੀ ਆ? 85-86 ਸਾਲ। ਲਓ ਜੀ, ਪਿੰਡ ਭੱਦਲ ਦੇ ਵਿੱਚ ਬੈਠੇ ਹਾਂ ਜੀ, ਅਸੀਂ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਔਰ ਦੇਖੋ ਪੁਰਾਣੇ ਵਸੇਬ ਦੀਆਂ ਗੱਲਾਂ ਬਾਤਾਂ ਹੋ ਰਹੀਆਂ। ਵੀਡੀਓ ਨੂੰ ਪੂਰਾ ਦੇਖਿਆ ਕਰੋ, ਸਕਿੱਪ ਨਾ ਕਰਿਆ ਕਰੋ, ਬਹੁਤ ਸੋਹਣੀਆਂ ਗੱਲਾਂ ਹੋ ਰਹੀਆਂ, ਪੰਜਾਬੀ ਵਿਰਸੇ ਦੀਆਂ ਗੱਲਾਂ ਹੋ ਰਹੀਆਂ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਵਸੇਬ ਹੋਇਆ ਕਰਦਾ ਸੀ। ਇਸ ਟੌਪਿਕ 'ਤੇ ਬਹੁਤ ਵਿਸਥਾਰ ਦੇ ਨਾਲ ਬਹੁਤ ਕੁਝ ਸੁਣਨ ਨੂੰ ਮਿਲੇਗਾ ਤੁਹਾਨੂੰ। ਬਾਬਾ ਜੀ, ਇੱਕ ਗੱਲ ਹੋਰ ਦੱਸਿਓ, ਤੁਹਾਡੇ ਨਾਲ ਮੈਂ ਹੁਣ ਗੱਲ ਕਰਦਾ ਜੀ, ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੈ ਵਿਆਹ ਸ਼ਾਦੀਆਂ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ? ਪੁਰਾਣੇ ਸਮੇਂ ਦੇ ਵਿੱਚ ਵਿਆਹ ਸ਼ਾਦੀਆਂ ਬੈਲ ਗੱਡੀਆਂ ਗਏ, ਲੋਕ ਜਾਏ ਕਰਦੇ ਤੇ, ਬੈਲ ਗੱਡੀਆਂ ਰਾਤ ਹੋ ਗਏ ਉਹਨਾਂ 'ਚ ਜਾਣਾ, ਬੈਠ ਕੇ ਦੋ ਦਿਨ ਤਿੰਨ ਦਿਨ ਬਰਾਤ ਰਹਿੰਦੀ ਸੀ ਪਹਿਲਾਂ ਜੀ। ਅੱਜ ਸ਼ਾਮ ਨੂੰ ਗਏ ਹੈ, ਸ਼ਾਮ ਨੂੰ ਜਾ ਕੇ ਸ਼ਾਮ ਦੀ ਰੋਟੀ ਖਾਧੀ ਹੈ, ਪੈ ਗਏ ਧਰਮਸ਼ਾਲਾ ਵਿੱਚ, ਉਹਨਾਂ ਦੇ ਹੁੰਦਾ ਸੀ ਬਣਾਇਆ ਹੋਇਆ, ਉਹ ਬਸ ਉੱਥੇ ਪਏ ਸਵੇਰੇ, ਦੂਜੇ ਦਿਨ ਉੱਠੇ ਸਾਜਰੇ ਨਾਤੇ, ਖੂਹਾਂ ਪਰ ਪਾਣੀ ਕੱਢਦੇ ਹੁੰਦੇ ਤੇ, ਨਹਾ ਲਓ, ਨਹਾ ਕੇ ਆਪਣਾ ਫਿਰ ਉਹਨੂੰ ਹਾਜ਼ਰੀ ਦੀ ਰੋਟੀ, ਫਿਰ ਰੋਟੀ ਖਾਧੀ, ਚਾਹ ਚੂਹ ਪੀ ਲਈ, ਚਾਹ ਚੂਹ ਤੋਂ ਬਾਅਦ ਫਿਰ ਉਹ ਗਵਲੇ ਦਿਨ ਧਾਮ ਦੀ ਰੋਟੀ ਕਹੇ ਕਰਦੇ, ਉਸ ਟਾਈਮ ਦੇ ਵਿੱਚ ਕੋਰਿਆਂ ਪਰੇ ਬੈਠ ਕੇ ਰੋਟੀ ਖਵਾਉਂਦੇ ਤੇ, ਜਦੋਂ ਜਿਹੜੇ ਕੋਈ ਉਹੋ ਜਿਹੇ ਹੁੰਦੇ ਤੇ ਫਿਰ ਤਾਂ ਮਠਿਆਈ ਵੀ ਸ਼ੁਰੂ, ਜਾਂ ਤਾਂ ਆਮ ਚੌਲ ਔਰ ਪੂਰਾ ਪਾ ਦਿੰਦੇ ਤੇ, ਪਹਿਲਾਂ ਸ਼ੱਕਰਾਂ ਹੁੰਦੇ ਤੇ ਫਿਰ ਪੂਰਾ ਚੱਲ ਪਿਆ ਤਾ, ਪੂਰਾ ਦੇਸੀ ਘੀ ਪਾਉਣਾ ਰੱਜਮਾਂ। ਅੱਛਾ, ਰੱਜਮਾਂ ਦੇਸੀ ਘੀ ਪਾਉਣਾ, ਜਿੰਨਾ ਆਦਮੀ ਕਹਿੰਦੇ ਵੀ ਹਾਂ ਬਸ ਕਰ, ਜਦ ਤੱਕ ਪੌਣੇ ਦੇ ਹੱਟਣਾ ਨਹੀਂ, ਬਾਕੀ ਖਾਣੇ ਵਾਲੇ ਵੀ ਥੇ, ਜਦ ਜਾਣਤੀ ਉਹਨਾਂ 'ਚ ਖਾਂਦੇ ਤੇ ਖਵਾਉਂਦੇ ਤੇ, ਹੁਣ ਤਾਂ ਜੇ ਇੱਕ ਕੜਛੀ ਪਾ ਲਓ ਦੇਸੀ ਘੀ ਦੀ, ਚਾਰ ਦਿਨ ਤਾਂ ਉਹ ਘਰ ਨਹੀਂ ਬੈਠਦਾ, ਜਦੀ ਖੇਤਾਂ 'ਚ ਰਹਿੰਦਾ। ਗੱਲ ਸਹੀ ਹੈ ਜੀ, ਵੀ ਮਤਲਬ ਉਹ ਚੀਜ਼ ਦੇ ਵਿੱਚ ਉਹ ਪਾਉਂਦੇ ਤੇ, ਜਦ ਇੱਕ ਦੂਜੇ ਨਾਲ ਪਿਆਰ ਤਾਂ ਫਿਰ ਤੀਏ ਦਿਨ ਬਰਾਤ ਵਿਦਾ ਕਰਦੇ ਤੇ, ਮਤਲਬ ਉਹ ਜੇ ਕਿਸੇ ਨਾਲ ਪਹਿਲਾਂ
ਜੇ ਪ੍ਰਾਹੁਣੇ ਚਾਰ ਕਿਸੇ ਦੇ ਮੁੰਡੇ ਨੂੰ ਦੇਖਣਾ ਕਰਦੇ ਤੇ ਤਾਂ ਚਾਰ ਦਿਨ ਅਗਲੇ ਦੇ ਬੈਠਦੇ ਹੁੰਦੇ ਤੇ ਗਾਂ ਤੇ ਗਾਂ ਤੇਰੇ ਬਾਪ ਤੇ ਲੌਕਿਆ ਤੇਰੇ ਨਾਨਕੇ ਕਿੱਥੇ ਗਾਹਾਂ ਉਹਦੇ ਗਾਹਾਂ ਕਿੱਥੇ ਹੈ ਚਾਰ ਚਾਰ ਜਗ੍ਹਾ ਪੁੱਛ ਕੇ ਨਾ ਤਾਂ ਬੈਠ ਕੇ ਗੱਲ ਕਰਕੇ ਤਾਂ ਰੁਪਈਆ ਦਾਇ ਕਰਦੇ ਲੈ ਭਾਈ ਫਲਾਣੇ ਦੀ ਕੁੜੀ ਹੈ ਫਲਾਣੇ ਥਾਂ 'ਤੇ ਹੈ ਆ ਲੈ ਰੁਪਈਆ ਇੱਕ ਰੁਪਈਆ ਦੇ ਕੇ ਚਾਰ ਦਿਨ ਬੈਠਦੇ ਅਤੇ ਉਹ ਹੁਣ ਚਾਹੇ ਬੀ ਏ ਪੜ੍ਹੇ ਵੇ ਚਾਹੇ ਐੱਮ ਐੱਲ ਏ ਹੁਣ ਦਾ ਵਿਰਸਾ ਇਹ ਹੈ ਚਾਹੇ ਉਹ ਹੈ ਕੁੜੀ ਹਾਂ ਚਲੋ ਵੀ ਕੋਈ ਕਰਾਉਂਦਾ ਬੈਠ ਕੇ ਕੁੜੀ ਵੀ ਪੜ੍ਹੀ ਐੱਮ ਏ ਚਾਹੇ ਕੋਈ ਅਫਸਰ ਲੱਗੀ ਵੀ ਹੈ ਬਾ ਉਹ ਤੋਂ ਬਾਅਦ ਮੇਰਾ ਖਿਆਲ ਪਤਾ ਨਹੀਂ ਦੇਖ ਦਿਖਾਈਆ ਹਾਂਜੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰੀਆਂ ਦੋ ਘੰਟੇ ਵਿੱਚ ਸਾਨੂੰ ਕਿਆ ਪਤਾ ਲੱਗਦਾ ਵੀ ਇਹਦੇ ਇਹਦੇ ਅੰਦਰ ਗੁਣ ਹੈ ਕਪ ਗੁਣ ਹੁਣ ਤੁਸੀਂ ਆਪ ਵੀ ਦੇਖਦੇ ਆ ਸਾਰਿਆਂ ਨਾਲੋਂ ਵੱਧ ਤਾਂ ਜਿਹੜੇ ਹੋਣ ਹੁੰਦੇ ਆ ਉਹਨੂੰ ਤਲਾਕ ਦੇ ਕੇਸ ਚੱਲਦੇ ਹੁਣ ਤਲਾਕ ਜ਼ਿਆਦਾ ਹੋਣ ਦੇ ਕਾਰਨ ਕੀ ਹੈ ਹੁਣ ਕਾਰਨ ਇਹੀ ਆ ਜਿਹੜੇ ਆਪਸ ਵਿੱਚ ਹੀ ਦੇਖ ਦਿਖਾ ਕੇ ਉਹ ਨਾ ਮੈਨੂੰ ਪਤਾ ਉਹਦੇ ਘਰ ਦਾ ਨਾ ਨੂੰ ਪਤਾ ਪੜਦਿਆਂ ਦਾ ਹੋਊਗੀ ਗੱਲ ਇਹ ਆ ਕਿਸੇ ਦੱਸਿਆ ਉਹ ਕੁੜੀ ਭਾਈ ਫਲਾਣੇ ਥੀ ਆ ਇਹ ਇਹਦੀ ਹੀ ਹੈ ਦੇਖਿਆ ਗੱਲਬਾਤ ਕਰੀ ਭਾਈ ਹਾਂ ਮੁੰਡੇ ਕੁੜੀ ਨਾਲ ਗੱਲਾਂ ਕਰੀਆਂ ਹਾਂਜੀ ਇੱਕ ਦੂਜੇ ਨਾਲ ਅਸੀਂ ਸਹਿਮਤ ਹੈ ਫਿਰ ਜਦੋਂ ਥੋੜ੍ਹਾ ਜਿਹੀ ਦੇਰ ਹੋ ਜਾਂਦੀ ਆ ਉਹ ਆਪਣੇ ਰੁੱਖ ਦਿਖਾਉਂਦਾ ਹੋਣਾ ਉਹ ਆਪਣੇ ਰੁੱਖ ਦਿਖਾਉਂਦੀ ਹੈ ਮਾਈ ਦੇ ਵਿੱਚ ਵਿਗੜ ਪੈ ਗਈ ਚੱਲ ਜੀ ਤਲਾਕ ਹੋ ਗਿਆ ਫਿਰ ਜਦੀ ਮੁਕੱਦਮਾ ਦਰਜ ਆ ਜੀ ਫਿਰ ਚਾਰ ਚਾਰ ਤਿੰਨ ਤਿੰਨ ਸਾਲ ਕਚੇ ਜਦੀ ਤਾਂ ਨਹੀਂ ਹੁੰਦਾ ਕਚਹਿਰੀਆਂ ਦੇ ਕੱਟੀ ਜਾਓ ਗੇੜੇ ਵੀ ਹੁਣ ਤਾਂ ਆ ਹੈ ਜਦ ਮੈਂ ਤੁਹਾਨੂੰ ਉਹੀ ਦੱਸ ਕੇ ਹਟਿਆ ਵੀ ਚਾਰ ਚਾਰ ਦਿਨ ਬੈਠੇ ਰਹਿੰਦੇ ਤੇ ਚਾਰ ਦਿਨ ਆ ਕੇ ਬੈਠੇ ਰਹਿਣਾ ਪਿੰਡ 'ਚ ਉਹਨਾਂ ਨੇ ਪੁੱਛੀ ਘਰ ਅਗਲੇ ਦੇ ਜਿਹਦਾ ਮੁੰਡਾ ਮੰਗਣਾ ਉਹਦੇ ਘਰੇ ਬੈਠੇ ਰਹਿਣਾ ਉਹਦੇ ਘਰਾਂ ਰੋਟੀ ਖਾਣੀ ਸਭ ਚੀਜ਼ ਪਤਾ ਗੋਡੇ ਲੱਗ ਜਾਂਦੇ ਤੇ ਲੋਕ ਦੇਖਣ ਵੀ ਹਾਂ ਜਦ ਉਹ ਚਾਰ ਜਣਿਆਂ ਦਾ ਘੀ ਬੂਰਾ ਸਭ ਦੇਣਾ ਅਗਲਾ ਦੇਖ ਲੈਂਦਾ ਤਾਂ ਵੀ ਹੈ ਚਾਹੇ ਅਗਲਾ ਮੰਗ ਕੇ ਹੀ ਲਿਆਵੇ ਕੁਛ ਕਰੇ ਜਾਣੋ ਜਦ ਇਹ ਸਿਰੇ ਥਾਈ ਪੜਤਾਲ ਕਰਦੇ ਤੇ ਹੁਣ ਕਿਹਾ ਹੁਣ ਤਾਂ ਆਹੀ ਸਿਆਪਾ ਇੱਕ ਘੰਟੇ ਵਿੱਚ ਇੱਕ ਗੱਲ ਹੋਰ ਹੈ ਰੰਗ ਰੂਪ ਦੇਖ ਲਿਆ ਸਭ ਚੀਜ਼ ਹੋ ਗਿਆ ਹੁਣ ਅੰਦਰਲੇ ਗੁਣਾਂ ਦਾ ਰੱਬ ਗੁਣਾਂ ਦਾ ਸਾਨੂੰ ਤਾਂ ਨਹੀਂ ਪਤਾ ਜਦ ਉਹ ਇਸ ਗੱਲ ਦੇ ਸਾਰੇ ਟੋਲਦੇ ਉਹਦੇ ਮਾਮੀ ਕਿੱਥੇ ਹੈ ਨਾਨੇ ਕਿੱਥੇ ਹੈ ਉਹ ਕਿੱਥੇ ਤੇ ਉਹਦੇ ਘਰ ਵਾਲੀ ਮਤਲਬ ਉਹ ਦੇਖਦੇ ਤੇ ਗਾਹਾਂ ਤੇ ਗਾਹਾਂ ਖੋਦਦੇ ਤੇ ਵੀ ਖਾਨਦਾਨ ਹੈਗਾ ਹੁਣ ਕਿਹਾ ਹੁਣ ਇਹ ਹੈ ਕਿਸੇ ਦਾ ਮੁੰਡਾ ਕਿਸੇ ਦੀ ਕੀ ਧੀ ਰਲ ਕੇ ਖਾ ਕੇ ਸ਼ੱਕਰ ਕੀ ਇਹਨੂੰ ਕਹਿੰਦੇ 420 ਦੁਬਾਰਾ ਬੋਲਿਓ ਜੀ ਦੁਬਾਰਾ ਬੋਲਿਓ ਬਹੁਤ ਵਧੀਆ ਬੋਲਿਓ ਜਰਾ ਦੁਬਾਰਾ ਬੋਲਿਓ ਉਹ ਕਹਿੰਦਾ ਜੀ ਅੱਜ ਦੇ ਜ਼ਮਾਨੇ ਵਿੱਚ ਇਹ ਹੈ ਕਿਸੇ ਦਾ ਮੁੰਡਾ ਕਿਸੇ ਦੀ ਧੀ ਰਲ ਕੇ ਖਾ ਕੇ ਸ਼ੱਕਰ ਕੀ ਇਹਨੂੰ ਕਹਿੰਦੇ 420 ਇਹਨੂੰ ਕਹਿੰਦੇ 420 ਅੱਛਾ ਆਹ ਕੰਮ ਚੱਲ ਰਿਹਾ ਹੁਣ ਆਹ ਚੱਲ ਰਿਹਾ ਅੱਛਾ ਬਾਬਾ ਇੱਕ ਗੱਲ ਦੱਸਿਓ ਪੁਰਾਣਾ ਸਮਾਂ ਯਾਦ ਕਰਕੇ ਅਤੇ ਹੁਣ ਦਾ ਸਮਾਂ ਯਾਦ ਕਰਕੇ ਪੁਰਾਣੀਆਂ ਗੱਲਾਂ ਯਾਦ ਕਰਕੇ ਦੁੱਖ ਤਾਂ ਹੁੰਦਾ ਨਾ ਵੀ ਆ ਕਿਆ ਕਿੱਧਰ ਚੱਲ ਗਈ ਦੁਨੀਆ ਬਹੁਤ ਗੱਲ ਹੁੰਦਾ ਦੁੱਖ ਬਹੁਤ ਹੈਂ ਸੋਚਦੇ ਯਾਦ ਇੱਕ ਗੱਲ ਜੇ ਕਿਸੇ ਦਾ ਕੋਈ ਗੱਲ ਹੋ ਜਾਏ ਨਾ ਤਾਂ 10 ਬੰਦੇ ਜਦੀ ਇੱਕ ਦੂਜੇ ਦੇ ਹਮਦਰਦੀ ਨੂੰ ਨੱਠੇ ਜਾਏ ਕਰਦੇ ਤੇ ਕੋਈ ਦੁੱਖ ਤਕਲੀਫ ਹੋ ਜਾਂਦੀ ਸੀ ਤਾਂ ਜਿਹਨੂੰ ਪਤਾ ਲੱਗਦਾ ਤਾਂ ਅਗਲੇ ਦੇ ਕੋਲ ਉੱਥੇ ਜਾ ਕੇ ਹਮਦਰਦੀ ਦੇ ਨਾਲ ਬੈਠਦੇ ਤੇ ਪਤਾ ਕਰਦੇ ਤੇ ਕੋਈ ਗੱਲ ਨਹੀਂ ਭਾਈ ਕੋਈ ਤਕੜਾ ਹੋ ਇਹ ਤਾਂ ਮਹਾਰਾਜ ਦੀ ਉਹ ਕੁਦਰਤ ਦੀ ਖੇਲ ਹੈ ਇਹਦੇ ਵਿੱਚ ਕੋਈ ਕਿਸੇ ਦਾ ਦੋਸ਼ ਨਹੀਂ ਹੈਗਾ ਹੁਣ ਕਿਹਾ ਹੁਣ ਤਾਂ ਕਿਸੇ ਦਾ ਜਾਓ ਸ਼ਾਮ ਨੂੰ ਜੇ ਕੋਈ ਚਲੇ ਜਾਂਦੇ ਅਗਲੇ ਦੇ ਘਰ ਕੋਈ ਨਹੀਂ ਜਾ ਹੁੰਦਾ ਜਿਹੜਾ ਹੁਣ ਮਾਤੜ ਆ ਉਹ ਨਹੀਂ ਤੁਰ ਸਕਦੇ ਹੁਣ ਅਸੀਂ ਤਾਂ ਮਜਬੂਰ ਹੋ ਗਏ ਵੀ ਨਹੀਂ ਅਗਲੇ ਦਾ ਦੁੱਖ ਸੁੱਖ ਦੇ ਵਿੱਚ ਬੈਠਦੇ ਤੇ ਰਾਤ ਕਈ ਵਾਰ ਤਾਂ ਅੱਧੀ ਰਾਤ ਵੀ ਟੱਪ ਜਾਂਦੀ ਸੀ ਜਦ ਗੱਲਾਂ ਬਾਤਾਂ ਕਰਕੇ ਫਿਰ ਉਹ ਤਵਾ ਰੇਖਦੀਆਂ ਪੁਰਾਣੇ ਯੋਧਿਆਂ ਦੀਆਂ ਪੁਰਾਣੇ ਕਿਤੇ ਰਾਜਿਆਂ ਦੀਆਂ ਗੱਲਾਂ ਕਰਨੀਆਂ ਉਹਦੇ ਵਿੱਚ ਬੰਦੇ ਦੁੱਖ ਭੁੱਲ ਜਾਂਦੇ ਕਰਦੇ ਆਪਸ ਇਕੱਠੇ ਆਪਸ ਇਕੱਠੇ ਬੈਠਣ ਦਾ ਇਹੀ ਮਤਲਬ ਹੁੰਦਾ ਤਾਂ ਕਿ ਪਰਿਵਾਰ ਦੇ ਵਿੱਚ
ਕੋਈ ਇਹਨਾਂ ਦਾ ਆਪਸ ਵਿੱਚ ਹੀ ਗਾਵਾਂ ਵਾਲੀ ਗੱਲ ਨਾ ਹੋ। ਕਹਿੰਦੇ ਨੌਜਵਾਨ ਜਿਹੜਾ ਹੈ ਉਹ ਆਪਣੇ ਭਵਿੱਖ ਨੂੰ ਦੇਖਦਾ ਹਮੇਸ਼ਾ ਤਾਂ ਜੀਂਦਾ, ਉਹਦੇ ਜੀਣ ਦਾ ਮਕਸਦ ਹੁੰਦਾ। ਤਾਂ ਬਜ਼ੁਰਗਾਂ ਦੇ ਜੀਉਣ ਦਾ ਮਕਸਦ ਆਪਣਾ ਅਤੀਤ ਯਾਦ ਕਰਦੇ ਹੈ, ਪੁਰਾਣੀਆਂ ਗੱਲਾਂ ਯਾਦ ਕਰਦੇ ਹੈ। ਤਾਂ ਅੱਜ ਦੇ ਬਦਲਦੇ ਸਮੇਂ ਦੇ ਵਿੱਚ ਸਭ ਕੁਛ ਪੁਰਾਣਾ ਤਾਂ ਫਿਰ ਯਾਦ ਆਉਂਦਾ ਹੀ ਹੋਣਾ ਤੁਹਾਨੂੰ। ਆਉਂਦਾ ਜੀ, ਹੁਣ ਪੁਰਾਣਾ ਯਾਦ ਕਰਕੇ ਵੀ ਕਿਆ ਕਰਨਾ, ਜੇ ਕਿਸੇ ਹੁੰਦੇ ਮੁੰਡਿਆਂ ਨੂੰ ਕਿਦਾ ਦੇ ਤਾਂ ਅਗਲੇ ਕਹਿੰਦੇ ਇਹ ਤਾਂ ਸਾਲੇ ਬੇਵਕੂਫਾ ਹੈ, ਇਹਨਾਂ ਨੂੰ ਕਿਆ ਪਤਾ, ਇਹ ਤਾਂ ਉਹੀ ਬੋਲੀ ਜਾਂਦੇ। ਗੱਲ ਸਹੀ ਹੈ ਜੀ ਇਹ। ਅਸੀਂ ਇਹ ਤੁਹਾਡਾ ਵੀਡੀਓ ਜਿਹੜਾ ਤਿਆਰ ਕਰ ਰਹੇ ਨਾ ਜੀ, ਦੁਨੀਆ ਭਰ ਦੇ ਵਿੱਚ ਦੇਖਿਆ ਜਾਣਾ, ਬਹੁਤ ਦੂਰ ਤੱਕ ਸਾਰੀ ਦੁਨੀਆ 'ਚ, ਮੈਕਸੀਮਮ ਦੇਸ਼ਾਂ 'ਚ ਬਹੁਤ ਵੱਡੇ ਮਤਲਬ ਸਾਡਾ ਸਬਸਕ੍ਰਾਈਬਰ ਹੈ, ਬੜੇ ਦੂਰ ਦੂਰ ਤੱਕ ਲੋਕ ਇਸ ਨੂੰ ਦੇਖਦੇ ਹੈ। ਤਾਂ ਇਹ ਤੁਹਾਡੀ ਗੱਲ ਸਭ ਤੱਕ ਪਹੁੰਚਣੀ ਹੈ, ਐਸੀ ਗੱਲ ਨਹੀਂ ਹੈ। ਬਜ਼ੁਰਗਾਂ ਦੀ ਗੱਲ ਦੀ ਕਦਰ ਕਰਨ ਵਾਲੇ ਹੈਗੇ ਹੈ, ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ। ਆਹ ਪਿਆਰਾ ਸਿੰਘ ਹੈ, ਇਹਨਾਂ ਨਾਲ ਗੱਲ ਕੀਤੀ ਅਸੀਂ ਵੀ, ਅਸੀਂ ਜਾਣਾ ਬਜ਼ੁਰਗਾਂ ਨਾਲ ਗੱਲ ਕਰਨੀ ਹੈ, ਤੁਹਾਡੇ ਕੋਲ ਪਹੁੰਚ ਗਏ, ਕਦਰਦਾਨ ਹੈ ਜੀ, ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ, ਦਿਲੋਂ ਇੱਜ਼ਤ ਕਰਦੇ ਹਾਂ। ਔਰ ਇਹ ਜਿਹੜਾ ਵੀਡੀਓ ਦੇਖਣ ਵਾਲੇ ਹੈ ਨਾ ਜੀ, ਉਹ ਵੀ ਬਜ਼ੁਰਗਾਂ ਨੂੰ ਦੇਖਦੇ, ਸਾਨੂੰ ਰੋਜ਼ ਫੋਨ ਆਉਂਦੇ ਜੀ, ਹੁਣ ਹੋਰ ਬਜ਼ੁਰਗ ਨਾਲ ਗੱਲ ਕਰਾਓ ਜੀ, ਕਿਸੇ ਹੋਰ ਬਜ਼ੁਰਗ ਨਾਲ ਗੱਲ ਕਰਾਓ। ਅਸੀਂ ਪੰਜਾਬੀ ਵਿਰਸੇ 'ਤੇ ਗੱਲ ਕਰਦੇ ਹੋਏ ਬਜ਼ੁਰਗਾਂ ਤੋਂ ਪੁਰਾਣੇ ਪੰਨੇ ਫਰੋਲਦੇ ਹਾਂ ਜੀ, ਆਹੀ ਕੁਛ ਕਰਦੇ ਹਾਂ, ਠੀਕ ਕਰ ਰਹੇ ਹਾਂ ਜੀ, ਦੱਸੋ। ਬੋਲ ਠੀਕ ਹੈ, ਵੈਸੇ ਪੁਰਾਣਾ ਵਿਰਸਾ ਲੱਭਣਾ ਠੀਕ ਹੈ, ਜਿਹੜੀ ਨੌਜਵਾਨ ਪੀੜ੍ਹੀ ਹੁੰਦੀ ਉਹਨੂੰ ਤਾਂ ਕਿ ਪਤਾ ਲੱਗ, ਗੱਲ ਤਾਂ ਉਹੀ ਇੱਥੇ ਆ ਜਾਂਦੀ ਨਾ, ਹੁਣ ਇਹ ਦੂਏ ਆ ਗਏ, ਸਾਜਾਂ ਦਾ ਕੋਈ ਹਿਸਾਬ ਹੀ ਨਹੀਂ ਵੀ ਕਿਹੜੇ ਕਿਹੜੇ ਵੱਜਦੇ ਆ, ਕਿਸੇ ਦਾ ਨਾ ਕੋਈ ਮੂੰਹ ਹੈ ਨਾ ਸੁਰ ਹੈ ਨਾ ਕਿਸੇ ਦਾ ਇਤਿਹਾਸ ਹੈ। ਹੁਣ ਇੰਨੇ ਇੰਨੇ ਲੱਖ ਰੁਪਈਆ ਲੈ ਗਿਆ ਜੀ, 4 ਲੱਖ ਨੂੰ ਕਰੇ ਤੇ ਜੀ, ਉਹ 5 ਨੂੰ ਕਰੇ, 2 ਘੰਟੇ ਦਾ ਨਾ ਸਾਲੇ ਕਿਸੇ ਦਾ ਅੱਗੇ ਇਤਿਹਾਸ ਬਾਰੇ ਪਤਾ ਲੱਗਦਾ ਤਾ, ਰਾਜਿਆਂ ਦੀਆਂ ਮਹਾਰਾਜਿਆਂ ਦੀਆਂ ਕਥਾ ਬਾਚਕਾਂ ਹੁੰਦੀਆਂ ਤੀਆਂ, ਆਉਣ ਵਜਾਉਣ ਹੁੰਦੇ ਤੇ ਸਭ ਚੀਜ਼ ਹੁੰਦੀ ਸੀ, ਤਾਂ ਕਿ ਪੁਰਾਣੇ ਵਿਰਸੇ ਦੇ ਵਿੱਚ ਲੋਕਾਂ ਨੂੰ ਆਪਸ ਵਿੱਚ ਹੀ ਪਿਆਰ ਔਰ ਸਦਭਾਵਨਾ ਦੇ ਵਿੱਚ ਹੁੰਦਾ ਤਾ। ਇੱਥੇ ਆਪਣੇ ਖਾੜੇ ਖੁੜੇ ਲੱਗਦੇ ਸੀ ਪੁਰਾਣੇ ਟਾਈਮ, ਬਹੁਤ ਖਾੜੇ ਲੱਗਦੇ ਸੀ। ਕੌਣ ਲਾਉਂਦਾ ਸੀਗਾ, ਕੋਈ ਯਾਦ ਹੈ ਕਿਸੇ ਬੰਦੇ ਦਾ? ਇੱਕ ਤਾਂ ਕਾਕਾ ਹੁੰਦਾ ਤਾ। ਅੱਛਾ, ਹਾਂ, ਬਚਨਾ ਵੀ ਖਾੜੇ ਵਾਲਾ ਹੁੰਦਾ ਤਾ, ਇੱਥੇ ਮਿਸਾਲ ਚ ਹੀ ਹੁੰਦੇ ਤੇ ਆਹ ਵੀ ਮਿਸਾਲ ਫੜਦਾ, ਪਰ ਸਾਰੇ ਇਹਨਾਂ ਦਾ ਇੱਥੇ ਹੈ ਨਹੀਂ, ਉਹਨਾਂ ਦਾ ਤਾਇਆ ਹੁੰਦਾ ਤਾ। ਅੱਛਾ, ਬਚਨਾ ਉਹ ਨਜ਼ਾਰ ਦੀ ਬਸ ਕਰਾ ਦਿੰਦਾ, ਨਹੀਂ ਨਜ਼ਾਰ ਦੇ ਮਿਸਾਲ ਫੜਦੇ ਤੇ ਮਿਸਾਲ, ਹੁਣ ਇਹੀ ਨਹੀਂ ਪਤਾ ਵੀ ਮਿਸਾਲ ਕਿਆ ਚੀਜ਼ ਹੁੰਦੀ ਹੈ। ਮਿੱਟੀ ਦਾ ਤੇਲ ਪਾ ਕੇ ਬੋਤਲ ਦੇ ਵਿੱਚ ਆਟਾ ਲਾ ਕੇ ਵਿੱਚ ਐਡੀ ਸਾਰੀ ਬੱਤੀ ਪਾ ਕੇ ਐਂ ਟੇਢਾ ਕਰਕੇ ਫਿਰ ਉਹਦੇ ਪਰ ਮਿਸਾਲ ਐਂ ਜਗੀ ਜਾਂਦਾ ਤੇ ਲਾਈਟ, ਉਹਨੂੰ ਫੜ ਕੇ ਉਹਦੇ ਨਾਲ ਐਂ ਮੂਹਰੇ ਮੂਹਰੇ ਨੱਚਣਾ ਟੱਪਣਾ, ਮਤਲਬ ਹੁਣ ਤਾਂ ਇਹੀ ਨਹੀਂ ਪਤਾ ਵੀ ਮਿਸਾਲ ਕਿਆ ਚੀਜ਼। ਅੱਛਾ, ਮਿਸਾਲ ਦੇ ਨਾਲ ਚੱਲਦੇ ਸੀ, ਜਦ ਚੱਲਣਾ ਉਹ ਹੁੰਦਾ ਤਾਂ ਚੱਲਣਾ ਸਾਰੀ ਜਗ੍ਹਾ, ਜਦ ਉੱਥੇ ਕਿਹੜਾ ਲਾਈਟਾਂ ਹੁੰਦੀਆਂ ਤੇ ਜਦ ਨੇਰੇ 'ਚ ਬੈਠਦੇ ਤੇ ਕਿਹੜਾ ਬਿਜਲੀ ਹੁੰਦੀ ਸੀ, ਉਹਦੇ ਨਾਲ ਇਹ ਹਿਸਾਬ ਨਾਲ ਐਂ ਗੇੜਾ ਬੰਨਿਆ ਵਾ ਹੁੰਦਾ ਤਾਂ, ਗੇੜੇ ਦੇ ਹਿਸਾਬ ਨਾਲ ਉਹ ਚੱਲਦੇ। ਬਿਜਲੀ ਤਾਂ ਤੁਸੀਂ ਵੀ ਬਿਜਲੀ ਤੋਂ ਬਿਨਾਂ ਕਾਫੀ ਟਾਈਮ ਦੇਖਿਆ ਹੋਣਾ? ਬਿਜਲੀ ਤਾਂ ਹਾਂ ਦੇਖਿਆ ਜੀ, ਬਿਜਲੀ ਤੋਂ ਬਿਨਾਂ ਕਿੱਦਾਂ ਚੱਲਦਾ ਸੀ ਕੰਮ? ਬਹੁਤ ਵਧੀਆ ਚੱਲਦਾ ਤਾ, ਜਦ ਤਾਂ ਦੀਵੇ ਦੀ ਲਾਈਟ ਗੱਲ, ਅੱਖਾਂ ਚਿਰਾਗ ਵਰਗੀਆਂ ਰਹਿੰਦੀਆਂ, ਹੁਣ ਤਾਂ ਬੜੇ ਬੜੇ ਬੱਲਬ ਲਾ ਲਏ, ਅੱਖਾਂ ਪਰ ਅਸਰ ਪਈ ਜਾਂਦਾ ਸਭ ਦੀਆਂ, ਪਰ ਹੁਣ ਛੋਟੇ ਛੋਟੇ ਬੱਚਿਆਂ ਦੀਆਂ ਐਨਕਾਂ ਲੱਗੀਆਂ ਵੀ ਹੈ। ਤਾਂ ਤੁਸੀਂ ਤਾਂ ਬਿਜਲੀ ਤੋਂ ਬਿਨਾਂ ਟਾਈਮ ਕੱਟਿਆ? ਕੱਟਿਆ ਜੀ, ਸਾਨੂੰ ਪਤਾ। ਕਿਹੜੇ ਸਨ ਚਾਹੀ ਬਿਜਲੀ ਆਪਣੇ ਪਿੰਡ 'ਚ? ਇੱਥੇ ਮੈਂ ਤਾਂ ਜੀ ਬਾਹਰ ਤਾਂ ਜਦ ਬਿਜਲੀ ਆਈ ਵਿੱਚ ਤਾਂ ਪਹਿਲਾਂ ਆ ਗਈ ਤੀ ਜਣੋ ਆਪਣੇ ਪਿੰਡਾਂ 'ਚ, ਫਿਰ ਘੱਟ ਟਾਈਮ ਦੇ ਨਾਲ ਕਿਸੇ ਦਾ ਜ਼ਿਆਦਾ ਪਹਿਲਾਂ ਆ ਗਈ ਕਿਸੇ ਦਾ। ਅੱਛਾ,
ਲਓ ਜੀ, ਕਹਿੰਦੇ ਕਹਿੰਦੇ ਫਕੀਰੀਆ ਲੰਬੜਦਾਰ ਸੀ, ਉਹ ਤਾਂ ਸਭ ਤੋਂ ਪਹਿਲਾਂ ਲੱਗੀ ਸੀ ਲਾਈਟ। ਪਿੰਡ ਦੇ ਵਿੱਚ ਮਸੀਤਾਂ ਹੈਗੀਆਂ ਇੱਥੇ ਆਪਣੇ ਪੱਦਲ 'ਚ? ਹਾਂ, ਦੋ ਆ, ਇੱਕ ਜਿਹੜੀ ਇੱਧਰ ਸਿਆਸਤਪੁਰ ਦੀ ਰੰਗਣਾ ਦੀ ਮਸੀਤ ਆ, ਉਹ ਤੁਸੀਂ ਦੇਖੀ ਹੋਣੀ ਆ, ਉਹ ਦਿਖਾ ਕੇ ਲਿਆ ਮੈਨੂੰ। ਅੱਛਾ, ਪੱਦਲ 'ਚ ਉਹ ਮਸੀਤ ਆ, ਪਰ ਲਈ ਉਹ ਗੁਜਰ ਗੁਜਰਾਂ ਦੀ, ਗੁਜਰਾਂ ਦੀ। ਹਾਂ, ਕੋਈ 47 ਤੋਂ ਪਹਿਲਾਂ ਦੀ ਕੋਈ ਗੱਲ ਜਾਂ 47 ਤੋਂ ਪਹਿਲਾਂ ਦੇ ਵਸੀਬ ਦੀ ਗੱਲ? ਪਹਿਲਾਂ ਤੇ ਜੀ ਇੱਕ ਗੱਲ ਬਜ਼ੁਰਗਾਂ ਤੋਂ ਅਸੀਂ ਆਪ ਸੁਣਦੇ ਰਹੇ ਹਾਂ ਕਿ ਬਸਤੀ ਐਡੀ ਬੜੀ ਸੀ, ਪਰ ਇੱਕ ਕੋਠੇ ਪਰ ਚੜ੍ਹ ਕੇ ਸਾਰੇ ਪਿੰਡਾਂ ਦੋਹਾਂ ਪਿੰਡਾਂ ਵਿੱਚ ਘੁੰਮ ਹੋ ਜਾਂਦਾ ਤਾਂ, ਇੱਕਣਾ ਮਿਲੇ ਹੋਏ ਤੇ ਨਾਲ ਗਲੀਆਂ ਵਿੱਚ ਵੀ ਕੋਠੇ। ਆਹ ਗੱਲ ਸੁਣੀ ਅਸੀਂ। ਅੱਛਾ, ਹਾਂ, ਕੋਈ ਫਸਾਦਾਂ ਦੀ ਗੱਲ ਵੀ 47 ਜਦੋਂ ਵੰਡ ਹੋਈ ਹੈ ਵੀ ਆਪਣੇ ਪੱਦਲ ਤੇ ਮੁਸਲਮਾਨ ਕਿੱਥੇ ਗਏ, ਕਿੱਧਰ ਨੂੰ ਗਏ, ਕੋਈ ਇਹੋ ਜਿਹੀ ਗੱਲ ਸੁਣੀ? ਕੋਈ ਕੈਂਪ ਕੁੰਪ ਕਿੱਥੇ ਲੱਗਿਆ ਤਾ? ਕੈਂਪ ਦੇ ਤਾਂ ਰੌਲਾ ਜਦ ਕਰਾਲੀ ਲੱਗਿਆ ਤਾ, ਕਰਾਲੀ। ਹਾਂ, ਪੱਦਲ ਵਾਲੇ ਵੀ ਕਰਾਲੀ ਗਏ ਸੀ, ਉੱਧਰ ਚਲੇ ਗਏ, ਕਰਾਲੀ ਗਏ ਆ, ਜਿੱਥੇ ਜਿੱਥੇ ਵੀ ਸੁਣਦੇ ਸੀ ਇੱਥੇ। ਕੋਈ ਕੋਈ ਬਾਅਦ 'ਚ ਤਾਂ ਆਇਆ ਪਾਕਿਸਤਾਨ ਤੋਂ ਇੱਥੇ ਆਪਣੇ ਪਿੰਡ 'ਚ ਮੁਸਲਮਾਨ ਭਾਈਚਾਰੇ ਦਾ ਕੋਈ ਬੰਦਾ? ਦੇਖੋ ਜੀ, ਆਏ ਸੁਣੀ ਜਾਂਦੇ ਵੀ ਆ ਲਏ, ਪਰ ਅਸੀਂ ਦੇਖੇ ਨਹੀਂ, ਨਾ ਉਹਨਾਂ ਨਾਲ ਸਾਡੀ ਗੱਲ ਹੋਈ। ਜੇ ਦੇਖਦੇ ਤਾਂ ਪਤਾ ਲੱਗ ਜਾਂਦਾ ਵੀ ਹਾਂ, ਇਹਦੇ ਨਾਂ ਦਾ ਫਲਾਣੇ ਨਾਂ ਦਾ ਆਇਆ, ਫਲਾਣਾ ਆਇਆ, ਆਏ ਹੈਗੇ ਇੱਕ ਦੋ। ਉਹਨਾਂ ਨੇ ਦੱਸਿਆ ਪੱਦਲ ਵਿੱਚ ਵੀ ਆ ਹਵੇਲੀ ਉਹਨਾਂ ਦੀ ਹੁੰਦੀ, ਇੱਥੇ ਸੁਨਿਆਰ ਹੁੰਦੇ ਅਤੇ ਐਂ ਹੁੰਦੇ ਤੇ, ਪਰ ਸਾਨੂੰ ਮਿਲੇ ਨਹੀਂ, ਨਾ ਅਸੀਂ ਦੇਖੇ ਹੈ। ਉੱਪਰ ਪੈਦਲ ਜਾਂਦੇ ਹੁੰਦੇ ਸੀਗੇ? ਪੈਦਲ ਜਾਂਦੇ ਸੀ ਜੀ। ਅੱਛਾ, ਕਿੱਧਰ ਨੂੰ ਜਾਂਦੇ ਸੀਗੇ? ਜ਼ਿਆਦਾ ਇੱਥੇ ਤੇ ਆਏ, ਇੱਥੇ ਨੂੰ ਐਂ ਜਾ ਕੇ ਉਹ ਬਾਕੀ ਰੋਡ ਦੇ ਬਾਹਰਲੀ ਸਾਈਡ ਨੂੰ ਜਾ ਕੇ ਗਰੇ ਵਾਲ ਨੂੰ ਨਿਕਲ, ਨਹੀਂ ਉਹ ਸਜਾਦੇ ਦੇ ਟਿੱਬੀਆਂ ਕੋਲ ਨੂੰ ਰਸਤਾ ਹੁੰਦਾ ਤਾ, ਜਿੱਥੇ ਉਹ ਨਹਿਰ ਦਾ ਪੁਲ ਬਣਿਆ ਵਾ ਨਾ ਹੁਣ, ਹਾਂਜੀ ਹਾਂਜੀ, ਭਾਖੜਾ ਨਹਿਰ ਦਾ, ਹਾਂਜੀ, ਰੋਪੜ ਉਹ ਜਿੱਥੇ ਦੁਕਾਨਾਂ ਸਾਹਮਣੇ ਉਹ ਮਾਰਕੀਟ ਜੀ ਬਣੀ ਵੀ ਹੈ, ਉੱਥੇ ਨੂੰ ਐਂ ਉਤਰ ਕੇ ਸਿੱਧੇ ਜਾ ਵੜਦੇ ਸੀ। ਰੋਪੜ ਕਾਹਦੇ ਵਾਸਤੇ ਜਾਂਦੇ ਸੀਗੇ? ਰੋਪੜ ਮੇਲੇ ਨੂੰ ਵੀ ਜਾਇਆ ਕਰਦੇ ਸੀ, ਜੇ ਕੰਮ ਹੋਵੇ ਦੁਆ ਜਾਂ ਤਾਂ ਰੋਪ ਸੌਦੇ ਪੱਤੇ ਵੀ ਰੋਪੜ 'ਤੇ ਲਿਆਏ ਕਰਦੇ। ਰੋਪੜ 'ਤੇ ਸੌਦੇ ਪੱਤੇ ਕਿਹੜੀ ਦੁਕਾਨ 'ਤੇ ਲਿਆਉਂਦੇ ਤੇ? ਉੱਥੇ ਦੁਕਾਨਾਂ ਜ਼ਿਆਦਾ ਨਹੀਂ ਤਾਂ ਜ਼ਿਆਦਾ ਤਾਂ ਦੁਕਾਨਾਂ ਦਾ ਜ਼ਿਆਦਾ ਬਖਤੌਰ ਦੀ ਮਸ਼ਹੂਰ ਨਹੀਂ, ਆ ਬਖਤੌਰ ਦੀ ਦੁਕਾਨ ਮਸ਼ਹੂਰ ਹੁੰਦੀ ਤੀ ਜਾਂ ਤਾਂ, ਜਾਂ ਫਿਰ ਇਹ ਭਾਂਡੇ ਹਰਵਾਈ ਦੀ ਹੁੰਦੀ ਤੀ, ਜਾਂ ਉਰਲੇ ਪਾਸੇ ਇੱਧਰਲੇ ਪਾਸੇ ਜਿੱਥੇ ਹੁਣ ਬੱਸ ਅੱਡਾ ਬਣਿਆ ਬਰਖਾਲੀ ਵਾਲਾ, ਵੀ ਦੇਖਿਆ ਹੋਣਾ ਤੁਸੀਂ? ਬਿਲਕੁਲ, ਉਹਦੇ ਸਾਹਮਣੇ ਨੂੰ ਉਹਦੇ ਹੁੰਦੇ ਤਾਂ ਕੇਰਾ, ਉਹਨਾਂ ਦੀ ਚਾਹ ਦੀ ਯਾਰ ਮਠਿਆਈ ਦੀ ਦੁਕਾਨ ਮਸ਼ਹੂਰ ਹੁੰਦੀ ਤੀ। ਅਸੀਂ ਜਦ ਆਉਣਾ ਪਿੰਡ ਨੂੰ, ਜਦ ਉੱਥੇ ਚਾਹ ਪਾਣੀ ਪੀ ਕੇ ਆਏ ਕਰਦੇ ਤੇ। ਪੈਦਲ ਜਾਣਾ, ਪੈਦਲ ਆਉਣਾ? ਪੈਦਲ ਜਾਣਾ, ਪੈਦਲ। ਕਈ ਵਾਰ ਰਾਤ ਨੂੰ ਸਿਨੇਮਾ ਦੇਖਣ ਵੀ ਗਏ ਉਰੇ ਤੇ, ਰੋਪੜ ਨੂੰ, ਰੋਪੜ ਨੂੰ, ਉਹੀ ਲਵਲਟੀ ਸਿਨੇਮੇ ਵਿੱਚ ਰਾਮਲੀਲਾ ਵੀ ਦੇਖਣ ਜਾਂਦੇ ਸੀ, ਰਾਮਲੀਲਾ ਵੀ ਦੇਖਣ ਜਾਂਦੇ ਤੇ। ਹੁਣ ਤਾਂ ਉੱਥੇ ਅੱਡੇ 'ਤੇ ਜਾਂਦੇ ਤਾਂ ਦਬ ਟੁੱਟਦਾ ਯਾਰ ਬਹੁਤ। ਹੁਣ ਤਾਂ ਕੋਈ ਰੋਪੜ ਨੂੰ ਪੈਦਲ ਜਾਂਦਾ ਹੀ ਨਹੀਂ ਕੋਈ, ਨੱਠੇ ਚਲੇ ਜਾਣਾ ਜੀ, ਨੱਠੇ ਚਲੇ ਆਉਣਾ। ਅੱਛਾ, ਨੱਠੇ ਚਲੇ ਜਾਣਾ, ਨੱਠੇ ਚਲੇ। ਬਹੁਤ ਚੰਗਾ ਲੱਗਿਆ ਮਿਲ ਕੇ। ਮੈਂ ਕਿਹਾ ਪਿਆਰਾ ਸਿੰਘ ਜੀ ਕਹਿੰਦੇ ਸੀ ਤੁਹਾਨੂੰ ਬਜ਼ੁਰਗਾਂ ਨਾਲ ਮਿਲਾਉਣਾ ਹੈ, ਪੱਦਲ ਪਿੰਡ ਜਾਣਾ ਆਪਾਂ ਨੇ, ਤਾਂ ਪੱਦਲ ਅਤੇ ਸਿਆਸਤਪੁਰ ਨਾਲੇ ਪਿੰਡ ਦੇਖ ਲਏ, ਨਾਲੇ ਤੁਹਾਡੀਆਂ ਗੱਲਾਂ ਸੁਣ ਲਈਆਂ ਜੀ। ਇਹ ਗੱਲਾਂ ਹੁਣ ਸਭ ਨੇ ਸੁਣਨੀਆਂ ਅਤੇ ਲੋਕ ਜਿਹੜੇ ਬਾਹਰ ਬੈਠੇ ਆ ਆਪਣੇ ਪਿੰਡ ਨੂੰ ਯਾਦ ਕਰਦੇ ਆ, ਗਲੀਆਂ ਦੇਖਦੇ ਆ, ਬਜ਼ੁਰਗਾਂ ਨੂੰ ਦੇਖ ਕੇ ਖੁਸ਼ ਹੁੰਦੇ ਜੀ। ਪੁਰਾਣੇ ਵਿਰਸੇ 'ਤੇ, ਵਿਰਾਸਤ 'ਤੇ ਕੰਮ ਕਰਦੇ ਹਾਂ ਜੀ ਅਸੀਂ, ਤੁਸੀਂ ਸਾਨੂੰ ਬਹੁਤ ਸਹਿਯੋਗ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।